पाए सिर जन हाय
ब्लैक मनी क्यों आखते हैं? क्योंकि रात के अंधेरे में बनी होंगी। अर्ज कर रहा सा हर पाप जेड़ा है वो अंधेरा चाहता है। ते अंधेरा क्यों चाहता है? क्योंकि अंधेरा भी अपनी थावे एक पर्दा है। कपड़े का पर्दा तुम दो चार दस फुट लटका लो, दरवाजे बंद कर लो, पर अंधेरा जेड़ा एक ऐसा पर्दा है जेड़ा जिस वे रात पै जाए उस दिन दुनिया की सारी खूबसूरती छुप जाती है। जो मर्जी कोई करी जाए अंदर भी बाहर भी अंधेरा ही अंधेरा है। इतने भी अंधेरा, उत्थे भी अंधेरा, अंदर भी अंधेरा, बाहर भी अंधेरा। बाबा कबीर जी का अज के जो दो श्लोक ने यह कुछ गल्लां साढ़े नाल बड़िया अजीब किस्म दियां करनगे। बाबा कबीर जी जिन्हों असी समझना जरूरी समझ रहे, दो श्लोक ने जिंदे विच पहले श्लोक विच एक लफज जड़े असी सोचा खौरे बड़े गुस्से नाल बाबा कबीर जी ने रखे ने सानू कुछ तलखी वाले दसे साढ़े ख्याल। वैसे जो असं हम विचार लवेंगे संतुष्ट हो जाएंगे। वो लफज की सिर मुन दिया बड़ा जे असी इसकी असलियत नहीं समझांगे तो समझांगे भी बड़े गुस्से पिछे गल गए। अगले पासे लफज ने जाते भरम ना जाए, जेड़ा भरम ना खत्म कर सकते जिंदे गुरु दे होंदे आ भरम पैदा हो जाए, परमन जन्म देवे। इत्थे दो गल्लां समझण वालियां ने, एक तो यह कि परम की है, परम की है। परम उसे दा नाम है जिन्हों असीं पर्दा आखने हैं, जिथे भुलेखा पवे मनुख फैसला ना कर सके की है की नहीं। माधवे क्या कही है, परम ऐसा जैसा मानिए होए ना तैसा। बचपन में असं भी खेडते, तुम भी खेडे हो, कोई पैसा या कोई चीज यू करके दो अंगूठा में लै लेते सी, दूजे बच्चे सवाल करते सर भी दस ये पैसा किस मुट्ठी में है। आम बच्चे खेल खेल हूँ दो मुठा ने, पैसा एक है पर्दे विच, मुठ बंद करन दा मतलब नहीं पड़ता है, पैसा पर्दे विच इहो कर दे वे तो फिर कदे किसे ने सवाल नहीं कीते वी दस मेरे किस तली ते पैसा है। गल गुरबाणी दी की गल समझ वास्ते भी सानूं की जे पता है मुठी कर दी जाए पैसा सामने दिसदा पड़दा कोई नहीं। हुण कदी सवाल पैदा करेगा आखेगा दसवीं कि मेरे किस हाथ में पैसा सामने ही दिसदा पे। जो पैसा पड़दे विच मुठ्ठी बंद है तो सवाल पिया करदा दूजे दोस्त अगे कहिंदा दस किस मुठ्ठी विच पैसा है। हुण जिस दोस्त दे सामने सवाल आए वो क्याफा ही लगा सकदा बेचारा, सोच भी हो सकता जिथे सच ते झूठ का पता ना लगे उन्हों परम।
ਤੇ ਗੁਰੂ ਦਾ ਕੀ ਕੰਮ ਹੈ? ਭਰਮ ਦੂਰ ਕਰਨਾ, ਸੱਚ ਤੇ ਝੂਠ ਦਾ ਨਿਪਟਾਰਾ ਕਰਨਾ, ਸਤੀ ਭੈਣੀ ਸਤ ਭਲਾ ਬਈ ਇਹ ਪੜ੍ਹਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਇਕੱਠੇ ਰਾਸ। ਜੇ ਗੁਰੂ ਕੋਲ ਆ ਕੇ ਸੱਚ ਤੇ ਝੂਠ ਦਾ ਹੀ ਪਤਾ ਨਾ ਲੱਗੇ, ਮਨੁੱਖ ਭਰਮ ਵਿੱਚ ਹੀ ਪਿਆ ਰਿਹਾ, ਤੇ ਇਹ ਜੇ ਗੁਰੂ ਨੂੰ ਕੀ ਕਰਨਾ? ਮੈਂ ਜ਼ਰਾ ਦੁਬਾਰਾ ਉਸ ਲਾਈਨ ਵੱਲ ਜਾਣਾ ਚਾਹੁੰਦਾ। ਦੋ ਚੀਜ਼ਾਂ ਕਿੱਥੇ? ਇੱਕ ਤਾਂ ਭਰਮ, ਭਰਮ ਦਾ ਮਤਲਬ ਜਿਹੜੀ ਚੀਜ਼ ਭੁਲੇਖੇ ਵਿੱਚ ਪਾ ਦੇਵੇ, ਜਿਹਦਾ ਫੈਸਲਾ ਨਾ ਕੀਤਾ ਜਾ ਸਕੇ, ਜਿੱਥੇ ਪੜਦਾ ਹੋ ਜਾਏ, ਕਿਸੇ ਚੀਜ਼ ਦਾ ਵੀ ਪੜਦਾ ਹੋ ਜਾਏ, ਉਹ ਹਮੇਸ਼ਾ ਪਰੇਸ਼ਾਨੀ ਦਾ। ਇੱਕ ਵਾਰ ਦਰਸ ਕੀਤੀ ਸੀ, ਕਿੱਡੀ ਅਜੀਬ ਗੱਲ ਹੈ, ਅੰਮ੍ਰਿਤ ਛਕਾਉਣ ਦਾ ਮਸਲਾ ਅੱਜ ਤੱਕ ਇੱਕ ਝੰਝਟ ਬਣਿਆ ਹੋਇਆ ਹੈ ਕਿ ਅੰਦਰ ਬੱਕਰੇ ਝਟਕਾਏ ਕਿ ਸਿੱਖ ਝਟਕਾਏ। ਹੁਣ ਤੁਹਾਡੇ ਸਾਹਮਣੇ ਇਸ ਚੀਜ਼ ਦੀ ਗੱਲ ਸਾਹਮਣੇ ਹੈ, ਅਸੀਂ ਝਗੜੇ ਵੀ ਜਾਂਦੇ ਹਾਂ, ਰੋਜ਼ ਦੇ ਇਖਤਲਾਫ ਵੀ ਚੱਲ ਰਹੇ, ਅਤੇ ਮੈਂ ਉਸ ਕੀਤੀ ਸੀ ਭਲਾ ਇਹ ਕਿਉਂ ਝਗੜਾ ਹੋਇਆ, ਜਿਹੜਾ ਜੀ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਬਣਾ ਦਿੱਤਾ ਗਿਆ, ਉਹਦੇ ਬਾਰੇ ਝਗੜਾ, ਉਹਦੇ ਬਾਰੇ ਇਖਤਲਾਫ, ਉਹਦੇ ਬਾਰੇ ਭਰਮ। ਉਹ ਭਰਮ ਕਿਉਂ ਪਿਆ? ਪਾਉਣ ਵਾਲੇ ਨੇ ਬੜਾ ਸੋਹਣਾ ਢੰਗ ਵਰਤਿਆ ਕਿ ਕਹਿ ਦਿੱਤਾ ਗੁਰੂ ਦਸਮ ਪਾਤਸ਼ਾਹ ਜੀ ਨੇ, ਸੀਸ ਮੰਗਣ ਤੋਂ ਪਹਿਲਾਂ ਇੱਕ ਸ਼ਾਮਿਆਨਾ ਟੈਂਟ ਲਗਾ ਲਿਆ, ਤੇ ਭਾਈ ਦਇਆ ਸਿੰਘ ਨੂੰ ਲੈ ਕੇ ਉਸ ਟੈਂਟ ਵਿੱਚ ਚਲੇ ਗਏ। ਅੰਦਰੋਂ ਲਿਬੜੀ ਹੋਈ, ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆ ਗਏ, ਦੁਬਾਰਾ ਸੀਸ ਲੱਗਿਆ, ਭਾਈ ਧਰਮ ਸਿੰਘ ਨੂੰ ਲੈ ਕੇ ਸ਼ਾਮਿਆਨੇ ਵਿੱਚ ਚਲੇ ਗਏ। ਪੜਦਾ ਪੜਦਾ ਜੀ, ਭਲਾ ਉਹ ਪੜਦਾ ਨਾ ਹੁੰਦਾ, ਝਗੜਾ ਹੁੰਦਾ, ਕੋਈ ਇਖਤਲਾਫ ਹੁੰਦਾ, ਕੋਈ ਪਰੇਸ਼ਾਨੀ ਹੁੰਦੀ? ਬਿਲਕੁਲ ਨਹੀਂ। ਉਹ ਸਿੱਖ ਪੜ੍ਹਦੇ ਨੇ, ਇਤਿਹਾਸ ਦੇ ਪੰਨਿਆਂ ਵਿੱਚ ਇੱਕ ਐਸਾ ਭਰਮ ਪੈਦਾ ਕਰ ਦਿੱਤਾ ਜੋ ਅੱਜ ਤੱਕ 300 ਸਾਲ, 350 ਸਾਲ 'ਚ ਨਹੀਂ ਨਿਬੜਿਆ, ਅੱਜ ਤੱਕ ਨਹੀਂ ਨਿਬੜਿਆ ਔਰ ਨਾ ਨਿਬੜਨਾ। ਆਪਸ ਵਿੱਚ ਜ਼ਰੂਰ ਟਕਰਾਉਣਗੇ, ਕੁਛ ਲੋਕ ਉਹਨੂੰ ਅਸ਼ਰਧਕ ਆਖਣਗੇ, ਲਓ ਜੀ ਗੁਰੂ ਤੇ ਸ਼ਰਧਾ ਨਹੀਂ, ਕੋਈ ਆਖਣਗੇ ਕਿ ਜਨਮ ਹੈ ਖਿਲਾਫ ਹੋਵੇਗਾ। ਕਿਉਂ? ਕਿਉਂਕਿ ਪੜਦੇ ਵਿੱਚ ਅਸੀਂ ਤਾਂ ਇਹੋ ਜਿਹੇ ਹਾਂ, ਜਿਹੜੀ ਗੱਲ ਪੜਦੇ ਤੋਂ ਬਾਹਰ ਹੋਈ ਉਹਦੇ 'ਤੇ ਵੀ ਭਰਮ ਪਾਈ ਬੈਠੇ ਹਾਂ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤਾਂ ਪੜਦੇ ਤੋਂ ਬਾਅਦ ਦਿੱਤੀ ਹੈ, ਉੱਥੇ ਤਾਂ ਪੜਦਾ ਨਹੀਂ ਕੀਤਾ, ਉੱਥੇ ਤਾਂ ਕੋਈ ਸ਼ਮਿਆਂ ਨਹੀਂ ਤਾਣਿਆ, ਅਸੀਂ ਉੱਥੇ ਵੀ ਵਿਸ਼ਵਾਸ ਨਹੀਂ। ਪਰ ਚਲੋ ਮੈਂ ਜਿੱਧਰ ਬਦਲਣਾ ਚਾਹੁੰਦਾ ਕਿ ਜਿੱਥੇ ਵੀ ਭਰਮ ਪੈਦਾ ਹੋਏਗਾ ਉਹ ਹਮੇਸ਼ਾ ਵਾਸਤੇ ਪਰੇਸ਼ਾਨੀ ਰਹੇਗਾ, ਅਤੇ ਭਰਮ ਪੈਦਾ ਉਦੋਂ ਹੁੰਦਾ ਜਦੋਂ ਪੜਦੇ ਵਿੱਚ ਹੋਵੇ, ਅਤੇ ਪੜਦਾ ਹੁੰਦਾ ਹੀ ਉਦੋਂ ਹੈ ਜਦੋਂ ਮਨੁੱਖ ਜੋ ਕੁਝ ਕਰ ਰਿਹਾ ਹੈ ਉਹਦਾ ਪਤਾ ਦੂਜੇ ਨੂੰ ਨਾ ਲੱਗ ਜਾਏ, ਇਸ ਲਈ ਪੜਦਾ ਕਰਦਾ ਹੀ ਇਸ ਲਈ ਹੈ, ਪਾਪ ਕਰਨ ਵਾਲਾ ਪਾਪ 'ਤੇ ਪੜਦਾ ਪਾਉਂਦਾ ਹੀ ਇਸ ਲਈ ਤਾਂ ਕਿ ਮੈਨੂੰ ਲੋਕ ਪਾਪੀ ਨਾ ਆਖਣ, ਮੇਰੇ ਪਾਪ ਦਾ ਕਿਸੇ ਨੂੰ ਪਤਾ ਨਾ ਲੱਗੇ। ਉੱਥੋਂ ਭਰਮ ਪੈਦਾ ਹੁੰਦਾ, ਉਹ ਨਤੀਜਾ ਨਿਕਲਦਾ ਕਿ ਮਨੁੱਖ ਪਾਪ ਕਰਨ ਵਾਲਾ ਛੁਪਿਆ ਰਹਿੰਦਾ। ਅਤੇ ਬਾਬਾ ਕਬੀਰ ਜੀ ਨੇ ਵੀ ਅਗਲੇ ਸਲੋਕ ਵਿੱਚ ਜਿੰਦਗੀ ਦੀ ਕੇਕ ਬਣਾਈ, ਉਹਦੇ 'ਚ ਇੱਕ ਲਫ਼ਜ਼ ਵਰਤੇ ਨੇ, ਜਿੰਨੇ ਵੀ ਪਾਪ ਕੀਤੇ ਤੇ ਜਿੰਨੇ ਵੀ ਕੀਤੇ ਉਹਨੇ ਰਾਖੇ ਤਲੇ ਦੁਰਾਏ, ਛੁਪਾ ਕੇ ਥੱਲੇ ਲੁਕਾ ਕੇ ਰੱਖੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਮੈਂ ਪਾਪੀ ਹਾਂ। ਹੁਣ ਤਾਂ ਨਤੀਜਾ ਨਿਕਲਿਆ ਕਿ ਪਾਪ ਕਰੇ ਕਰ ਮੁੱਕਰ ਪਾਵੇ, ਗੁਰਬਾਣੀ ਪਾਪ ਕਰਦਾ ਕਰਕੇ ਮੁੱਕਰ ਜਾਂਦਾ, ਕਹਿੰਦਾ ਮੈਂ ਤਾਂ ਕੀਤਾ ਹੀ ਨਹੀਂ, ਕਿਉਂਕਿ ਕਿਸੇ ਨੂੰ ਵੇਖਣ ਤਾਂ ਉਹਨੇ ਦਿੱਤਾ ਹੀ ਨਹੀਂ ਪੜਦਾ ਪਾਤਾ, ਪੜਦੇ ਦਾ ਮਤਲਬ ਹੀ ਕੋਈ ਵੇਖੇ ਨਾ। ਗੁਰੂ ਕਹਿੰਦੇ ਨੇ ਪਾਪ ਕਰੇ ਕਰ ਮੁੱਕਰ ਪਾਵੇ, ਪਾਪ ਕਰਦਾ ਤਾਂ ਮੁੱਕਰ ਜਾਂਦਾ, ਮੈਂ ਤਾਂ ਕੀਤਾ ਹੀ ਨਹੀਂ। ਹੁਣ ਕਹਿੰਦੇ ਕਿ ਮਾਰਿਓ ਆਪਣੇ ਚੁਗਿਰ ਦੇ ਵਿੱਚ,
ਅੱਜ ਦੇ ਸੰਸਾਰ ਨੂੰ ਇਹਨਾਂ ਅੱਖਾਂ ਨਾਲ ਇਹਨਾਂ ਸੋਚਾਂ ਨਾਲ ਵਿਚਾਰ ਕੇ ਦੇਖਿਓ ਕਿ ਸੰਸਾਰ ਅੰਦਰ ਇਹੋ ਕੁਝ ਨਹੀਂ ਹੋ ਰਿਹਾ ਜੋ ਕੁਛ ਮਨੁੱਖ ਕਰ ਰਿਹਾ। ਕਹਿੰਦਾ ਮੈਂ ਤਾਂ ਕੀਤਾ ਹੀ ਨਹੀਂ, ਧਰਮ ਦੀ ਦੁਨੀਆਂ 'ਚ ਵੀ ਇਹੋ ਕੁਝ ਹੋ ਰਿਹਾ, ਸਿਆਸਤ ਦੀ ਦੁਨੀਆਂ 'ਚ, ਰਾਜਨੀਤੀ ਦੀ ਦੁਨੀਆਂ 'ਚ ਵੀ ਇਹੋ ਕੁਝ ਹੋ ਰਿਹਾ। ਬੀਬੀ 30-30 ਸਾਲ ਜ਼ੁਲਮ ਕਰਕੇ ਮੈਂ ਤਾਂ ਕੀਤਾ ਹੀ ਨਹੀਂ। ਤੇ ਗੁਰੂ ਨੇ ਵੀ ਇਹੋ ਗੱਲ ਆਖਿਆ, ਪਾਪ ਕਰੇ ਕਰ ਮੁੱਕਰ ਪਾਵੇ, ਪਾਪ ਕਰਦਾ ਤੇ ਮੁੱਕਰ ਜਾਂਦਾ। ਤੇ ਮੁੱਕਰਨ ਲਈ ਉਹਦੇ ਕੋਲ ਸਾਧਨ ਕੀ ਹੈ? ਉਹ ਹੈ ਪੜਦਾ। ਤੇ ਪੜਦਾ ਕਿਸ ਚੀਜ਼ ਦਾ? ਭੇਖ ਕਰੇ ਨਿਰਬਣੇ, ਉਹਨੇ ਸਾਧਾ ਵਾਲਾ ਭੇਖ ਬਣਾਇਆ ਹੋਇਆ। ਅਸੀਂ ਸਮਝਦੇ ਹਾਂ ਤਾਂ ਸਾਧੂ ਹੈ, ਇਹ ਜਿਹਾ ਪਾਪ ਥੋੜ੍ਹਾ ਕਰ ਸਕਦਾ। ਇਸਦਾ ਮਤਲਬ ਅੰਧੇਰਾ ਜਿਹੜਾ ਹੈ ਉਹ ਇੱਕ ਭੇਖ ਵੀ ਅੰਧੇਰਾ ਹੈ, ਭੇਖ ਵੀ ਪੜਦਾ ਹੈ। ਤਾਂ ਕਿ ਮੇਰੇ ਭੇਖ ਵਿੱਚ ਮੇਰਾ ਪਾਪ ਛੁਪ ਜਾਏ, ਮੇਰੀ ਗੋਲ ਪੱਗ ਹੋਵੇ, ਮੇਰੇ ਗਲਤ ਪਰਨਾ ਹੋਵੇ, ਗਲ ਮਾਲਾ ਪਾਈ ਹੋਵੇ, ਲੰਬਾ ਚੋਲਾ ਹੋਵੇ, ਕੋਈ ਕੋਈ ਆਖੇਗਾ ਵੀ ਇਹ ਕਾਤਲ ਹੈ, ਕਿਵੇਂ ਕੋਈ ਆਖੇਗਾ ਇਹ ਚੋਰ ਹੈ। ਮਹਾਂਪੁਰਸ਼ ਜਾ ਰਹੇ ਨੇ, ਲੋਕ ਮੱਥੇ ਟੇਕਣਗੇ ਕਰੇ ਨਿਰਬਣੇ। ਹੁਣ ਦੇਖਣਾ ਗੁਰਬਾਣੀ ਨੇ ਕਿੰਨੀ ਸੱਚਾਈ ਜ਼ਾਹਰ ਕੀਤੀ, ਕਹਿੰਦੇ ਪਾਪ ਕਰੇ ਕਰ ਮੁੱਕਰ ਪਾਵੇ, ਭੇਖ ਕਰੇ ਨਿਰਬਣੇ। ਅਗਲੇ ਪਾਸੇ ਇੱਕ ਗੱਲ ਕਹੀ ਨੇ, ਕਹਿੰਦੇ ਨੇ ਇੱਕ ਗੱਲ ਨਹੀਂ ਸਮਝਦਾ, ਜਾਣਤ ਦੂਰ ਤੁਮੇ ਪ੍ਰਭ ਨੇਰ, ਹੇ ਪ੍ਰਭੂ ਤੂੰ ਨੇੜੇ। ਆਪਣੇ ਭੇਖ ਨਾਲ, ਆਪਣੇ ਪੜਦੇ ਨਾਲ ਦੁਨੀਆਂ ਕੋਲੋਂ ਤੇ ਛੁਪ ਸਕਦਾ, ਆਪਣੇ ਪਾਪਾਂ ਨੂੰ ਛੁਪਾ ਸਕਦਾ, ਪਰ ਤੂੰ ਤਾਂ ਨੇੜੇ, ਇਹ ਤੈਨੂੰ ਦੂਰ ਸਮਝਦਾ। ਜਾਣਤ ਦੂਰ ਤੁਮੇ ਪ੍ਰਭ ਨੇਰ, ਤੂੰ ਤੇ ਤੂੰ ਵੇਖਣਾ ਹਰ ਥਾਂ ਤੇ ਟਿਕਿਆ ਹੋਇਆ, ਪਰ ਇਹ ਦੁਨੀਆਂ ਨੂੰ ਇਸ ਭੇਖ ਨਾਲ ਭਰਮਾਂ ਵਿੱਚ ਪਾ ਦਿੰਦਾ। ਹੁਣ ਭੇਖ ਇਹਨੇ ਬਣਾਇਆ ਹੋਇਆ, ਸਾਧੂ ਦਾ ਭੇਖ ਬਣਾਇਆ ਹੋਇਆ, ਗੁਰੂ ਦਾ ਲੋਕਾਂ ਨੂੰ ਉਪਦੇਸ਼ ਕਰਦਾ ਤੇ ਆਪਣੇ ਪਾਪ ਛੁਪਾਉਂਦਾ, ਲੋਕਾਂ ਨੂੰ ਭਰਮ ਪੈਦਾ ਕਰਦਾ। ਇਹਨੇ ਕਰਨਾ ਤਾਂ ਸੀ ਨਾ, ਜੇ ਸਾਧੂ ਸੀ, ਜੇ ਗੁਰੂ ਬਣ ਕੇ ਬੈਠਾ ਸੀ, ਉਪਦੇਸ਼ ਕਰਦਾ ਸੀ, ਤੇ ਚਾਹੀਦਾ ਤੇ ਇਹ ਸੀ ਨਾ ਲੋਕਾਂ ਦੇ ਭਰਮ ਦੂਰ ਕਰਦਾ, ਭਰਮ ਦੂਰ ਕਰਦਾ, ਕਿਉਂਕਿ ਗੁਰੂ ਦਾ ਕੰਮ ਹੈ ਭਰਮ ਦੂਰ ਕਰਨਾ। ਇਹ ਤਾਂ ਇਹਦੇ ਕਾਰਨ, ਇਹਦੇ ਕਾਰਨ ਨਵੇਂ ਭਰਮ ਪੈਦਾ ਹੋ ਰਹੇ ਨੇ। ਇਸ ਲਈ ਮੈਂ ਇਹਨੂੰ ਗੁਰੂ ਕਿਵੇਂ ਮੰਨਣਾ, ਜਿਹੜਾ ਅੱਜ ਦੇ ਯੁੱਗ ਅੰਦਰ ਗੁਰੂਆਂ ਵਾਲਾ, ਸਾਧੂਆਂ ਵਾਲਾ ਭੇਖ ਬਣਾ ਕੇ, ਉਸ ਭੇਖ ਦੇ ਓਹਲੇ ਆਪਣੇ ਪਾਪ ਛੁਪਾ ਕੇ ਲੋਕਾਂ ਵਿੱਚ ਇੱਕ ਭਰਮ ਪੈਦਾ ਕਰ ਰਿਹਾ ਕਿ ਇਹ ਪਾਪੀ ਨਹੀਂ। ਉਹਨਾਂ ਭੂਆ ਸਲੋਕਾਂ ਨੂੰ ਇਕੱਠਾ ਕਰਨਾ ਕਹਿੰਦੇ ਨੇ, ਮੈਂ ਐਸੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ, ਪਰ ਦੇਖਣੇ ਮਾੜੇ ਨਹੀਂ, ਰੋਜ਼ਾਨਾ ਜੀਵਨ ਵਿੱਚ ਵਰਤੇ ਜਾਣ ਵਾਲੀ ਗੱਲ ਸੀ, ਜਿਹੜੀ ਜਦੋਂ ਇਸ ਤਰ੍ਹਾਂ ਸਿੱਧੇ ਲਫ਼ਜ਼ਾਂ ਵਿੱਚ ਆਖੀਏ ਨਾ, ਤੇ ਹਰ ਕੋਈ ਪੜ੍ਹ ਲੈ ਕਹਿੰਦਾ ਕਿ ਨਹੀਂ, ਗੁੱਸੇ ਵਿੱਚ ਬਾਬਾ ਕਬੀਰ ਜੀ ਨੇ ਕਿਹਾ। ਹਿੰਦੂ ਧਰਮ ਦੇ, ਹਿੰਦੂ ਵਿਚਾਰਧਾਰਾ ਦੇ ਇੱਕ ਫਿਰਕੇ, ਇੱਕ ਨਿਯਮ ਦਾ ਹਿੱਸਾ ਹੈ। ਜਦੋਂ ਅਸੀਂ ਉਸਨੂੰ ਸਮਝ ਲਵਾਂਗੇ ਨਾ, ਫਿਰ ਸਾਨੂੰ ਇਹ ਗੱਲ ਬਾਬਾ ਕਬੀਰ ਜੀ ਦੀ ਸੁਭਾਵ ਲੱਗੇ। ਇੱਕ ਨਿਯਮ ਦਾ ਹਿੱਸਾ ਹੈ, ਉਸ ਨਿਯਮ ਦੇ ਮੁਤਾਬਕ ਜਦੋਂ ਕੋਈ ਔਰਤ ਵਿਧਵਾ ਹੋ ਜਾਂਦੀ ਸੀ, ਉਹਦਾ ਮਾਲਕ ਸਿਰ ਤੋਂ ਉੱਠ ਜਾਂਦਾ ਸੀ, ਜਦੋਂ ਉਸਦਾ ਮਾਲਕ ਸਿਰ ਤੋਂ ਉੱਠ ਜਾਂਦਾ ਸੀ, ਉਹ ਵਿਧਵਾ ਹੋ ਜਾਂਦੀ ਸੀ, ਤੇ ਵਿਧਵਾ ਦੀ ਨਿਸ਼ਾਨੀ ਵਜੋਂ ਉਹਨਾਂ ਨੇ ਇਹ ਮਰਿਆਦਾ ਬਣਾ ਦਿੱਤੀ ਕਿ ਉਸ ਔਰਤ ਦਾ ਸਿਰ ਮੁੰਨ ਦਿਓ। ਇੱਕ ਵਾਰ ਬਾਅਦ ਇੱਕ ਵਾਰ ਜਿਵੇਂ
ਮੂਨ ਬੁੜਾਏ ਜੇਸੇ ਦਪਾਈ ਮੁਕਤੀ ਪੇੜ ਨਾ ਕੀ ਜਾ ਕਰ ਉਹ ਵੀ ਮਰਿਆਦਾ ਬਣਾ ਦਿੱਤੀ ਗਈ ਕਿ ਜਿਹੜੀ ਵਿਧਵਾ ਹੋ ਜਾਏ ਜਿਸ ਦਾ ਮਾਲਕ ਸਿਰ ਤੋਂ ਉੱਠ ਜਾਏ ਵਿਧਵਾ ਹੋ ਜਾਏ ਉਹਦਾ ਸਿਰ ਮੁੰਨ ਹੁਣ ਵਿਧਵਾ ਕੀ ਹੈ ਸਹੀ ਗੱਲ ਸਮਝਣੀ ਹੈ ਹੁਣ ਜਿਹੜੀ ਵਿਧਵਾ ਹੋ ਗਈ ਉਹਦੇ ਘਰ ਤਾਂ ਫਿਰ ਸੰਤਾਨ ਵੀ ਨਹੀਂ ਹੋਣੀ ਹੁਣ ਵਿਧਵਾ ਦੇ ਘਰ ਸੰਤਾਨ ਕਿਉਂ ਹੋਏਗੀ ਹੁਣ ਬਾਬਾ ਕਬੀਰ ਜੀ ਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਹੋਰ ਸ਼ਬਦ ਹੈ ਪੂਰਾ ਮੈਂ ਜਿਹਨਾਂ ਚਿਰ ਉਹ ਸਾਹਮਣੇ ਮੈਂ ਰੱਖਾਂ ਕਈ ਵਾਰੀ ਗੱਲ ਦਾ ਗੱਲ ਸਪਸ਼ਟ ਨਹੀਂ ਹੋਣੀ ਬਾਬਾ ਕਬੀਰ ਜੀ ਦੇ ਸ਼ਬਦ ਹੈ ਉਹਦੇ ਚ ਕਹਿੰਦੇ ਨੇ ਜਹਿ ਕੁਲ ਪੂਤ ਨਾ ਗਿਆਨ ਵਿਚਾਰੀ ਬਾਬਾ ਕਬੀਰ ਜੀ ਦਾ ਸ਼ਬਦ ਹੈ ਜਹਿ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਤਸ ਨ ਭਈ ਮਾਤਾਰੀ ਜਿਸ ਕੁਲ ਵਿੱਚ ਗਿਆਨ ਦੀ ਵਿਚਾਰ ਵਾਲਾ ਧਰਮੀ ਪੁਰਸ਼ ਸੱਚ ਨੂੰ ਪਛਾਣਨ ਵਾਲਾ ਪੁਰਸ਼ ਪੈਦਾ ਨਹੀਂ ਹੋਇਆ ਤੇ ਗੁਣਾਂ ਦਾ ਭਰਮ ਪੈਦਾ ਕਰਨ ਵਾਲਾ ਮਨ ਬੱਚਾ ਪੈਦਾ ਹੋਇਆ ਹੈ ਕਹਿੰਦੇ ਨੇ ਉਸ ਨੂੰ ਜਨਮ ਲੈਣ ਦੇਣ ਤੋਂ ਪਹਿਲਾਂ ਮਾਂ ਵਿਧਵਾ ਕਿਉਂ ਨਾ ਹੋਵੇ ਬਾਬਾ ਕਬੀਰ ਜੀ ਦੇ ਸ਼ਬਦ ਹੈ ਉੱਥੇ ਉਹਨੇ ਵਿਧਵਾ ਕਿਉਂ ਕਸ਼ਨ ਭਈ ਮੈਂ ਤਾਰੀ ਦਾ ਮਤਲਬ ਇਹ ਨਹੀਂ ਕਿ ਉਹਨੂੰ ਵਿਧਵਾ ਕਰਨਾ ਚਾਹੁੰਦੇ ਕਿਉਂਕਿ ਵਿਧਵਾ ਕਰਨ ਤੋਂ ਬਾਅਦ ਹੁੰਦਾ ਉਸ ਮਰਿਆਦਾ ਦੇ ਮੁਤਾਬਕ ਸਿਰ ਮੁੰਨਣਾ ਪਏਗਾ ਉੱਥੇ ਵਿਧਵਾ ਲਫ਼ਜ਼ ਵਰਤਿਆ ਇੱਥੇ ਸਿਰ ਮੁੰਨਣਾ ਲਫ਼ਜ਼ ਵਰਤਿਆ ਹੈਗੇ ਦੋਨੋਂ ਇੱਕੋ ਹੀ ਸੰਬੰਧ ਨੇ ਇੱਕੋ ਮਰਿਆਦਾ ਦੇ ਹਿੱਸੇ ਉੱਥੇ ਉਹ ਕਹਿ ਰਹੇ ਨੇ ਕਿ ਜੇ ਇਹੋ ਜਿਹਾ ਪੁੱਤਰ ਪੈਦਾ ਕਰਨਾ ਸੀ ਤੇ ਫਿਰ ਇਹਦੇ ਨਾਲੋਂ ਚੰਗਾ ਸੀ ਪਹਿਲਾਂ ਵਿਧਵਾ ਹੀ ਹੋ ਜਾਂਦੀ ਭਾਵ ਸੰਤਾਨ ਪੈਦਾ ਨਾ ਹੁੰਦੀ ਤੇ ਜੇ ਵਿਧਵਾ ਹੋ ਜਾਂਦੀ ਤਾਂ ਸਿਰ ਮੁੰਨਾ ਹੀ ਪੈਣਾ ਸੀ ਉਸ ਮਰਿਆਦਾ ਦੇ ਮੁਤਾਬਕ ਐਗਜ਼ਾਮਪਲ ਦੇ ਰਹੇ ਨੇ ਕਹਿੰਦੇ ਨੇ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਤਸ ਨ ਭਈ ਮਹਤਾਰੀ ਜੇ ਨਰ ਰਾਮ ਭਗਤ ਨਹੀਂ ਸਾਧੀ ਜਨਮ ਤਸ ਨ ਮੋਇਓ ਭੁੱਲ ਗਿਆ ਤਾਂ ਉਹ ਜੰਮਦਾ ਹੀ ਕਿਉਂ ਨਾ ਮਰ ਗਿਆ ਉਸ ਵਿਅਕਤੀ ਬਾਰੇ ਚੱਲ ਰਿਹਾ ਬਾਬਾ ਕਬੀਰ ਜੀ ਦਾ ਸ਼ਬਦ ਹੈ ਜੇ ਨਾ ਰਾਮ ਭਗਤ ਨਹੀਂ ਸਾਧੀ ਜਨਮਤ ਕਸ ਨਾ ਮੋਇਓ ਉਹ ਪਰਾਧੀ ਜਨਮਦਾ ਹੀ ਕਿਉਂ ਨਾ ਮਰ ਗਿਆ ਇੱਥੇ ਬਸ ਨੇ ਅਗਲੀ ਲਾਈਨ ਫਿਰ ਪੜ੍ਹੋ ਮੁੱਚ ਮੁੱਚ ਗਰਮ ਕੀ ਇਹ ਕਹਿਣ ਬੱਚਿਆ ਕਹਿਣ ਲੱਗੇ ਕਈ ਇਸਤਰੀਆਂ ਦੇ ਮਾਵਾਂ ਦੇ ਗਰਭਪਾਤ ਹੋ ਜਾਂਦੇ ਨੇ ਬਾਬਾ ਕਬੀਰ ਜੀ ਦਾ ਖਿਆਲ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਪਰ ਇਹ ਕਿਉਂ ਬਚ ਗਿਆ ਇਹਦਾ ਜਨਮ ਹੀ ਨਾ ਹੁੰਦਾ ਇਹਦੇ ਕੋਲ ਤਿੰਨ ਸ਼ਬਦਾਂ ਅੰਦਰ ਅਗਲੀ ਤੋਂ ਅਗਲੀ ਇੱਕ ਰੀਤ ਬਾਰੇ ਜੋ ਕੁਝ ਵਾਪਰਦਾ ਹੈ ਵਿਧਵਾ ਹੋ ਜਾਏ ਬੱਚਾ ਜਨਮ ਹੀ ਨਹੀਂ ਲੈਂਦਾ ਤੇ ਕਈ ਬੱਚੇ ਜਨਮ ਲੈਂਦੇ ਆ ਮਰ ਜਾਂਦੇ ਨੇ ਤੇ ਕਈ ਬੱਚੇ ਜਨਮ ਤੋਂ ਪਹਿਲਾਂ ਗਰਭ ਗਿਰ ਜਾਏ ਤਾਂ ਉਹ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਿੰਨਾਂ ਗੱਲਾਂ ਨੂੰ ਬਾਬਾ ਕਬੀਰ ਜੀ ਨੇ ਤਿੰਨ ਲਾਈਨਾਂ ਅੰਦਰ ਸਪਸ਼ਟ ਕੀਤਾ ਗਰਭ ਗਏ ਕਿਵੇਂ ਬਚਿਆ ਇਹ ਕਿਵੇਂ ਬਚ ਗਿਆ ਇਹਦਾ ਮਤਲਬ ਇਹ ਨਹੀਂ ਕਿ ਮਾਂ ਨੂੰ ਕੋਈ ਸਜ਼ਾ ਹੈ ਇਹਦਾ ਮਤਲਬ ਤਾਂ ਇਹ ਹੈ ਕਿ ਜਿਹੜਾ ਪ੍ਰਭੂ ਨੂੰ ਰੱਬ ਨੂੰ ਭੁੱਲ ਚੁੱਕਾ ਨਿਰਾ ਭਰਮਾਂ ਵਿੱਚ ਜਿਉ ਰਿਹਾ ਹੈ ਉਸ ਕਰਮ ਕਾਂਡੀ ਮਨੁੱਖ ਦੀ ਸੰਸਾਰ ਨੂੰ ਲੋੜ ਨਹੀਂ ਗੱਲ ਤਾਂ ਹੈ ਕਿ ਅਸੀਂ ਇੱਥੇ ਪਹੁੰਚਾਂਗੇ ਇਹਦਾ ਮਤਲਬ ਸੰਸਾਰ ਨੂੰ ਅਜੇ ਮਨੁੱਖ ਦੀ ਲੋੜ ਨਹੀਂ ਹੁਣ ਬਾਬਾ ਕਬੀਰ ਜੀ ਦੇ ਇਸ ਸਲੋਕ ਵੱਲ ਆ ਜਾਓ ਉਹ ਸ਼ਬਦ ਬਾਬਾ ਕਬੀਰ ਜੀ ਦਾ ਪੂਰਾ ਇਸ ਵਿਸ਼ੇ ਤੇ ਅਤੇ ਉੱਥੇ ਵੀ ਲਫ਼ਜ਼ ਵਿਧਵਾ ਹੈ ਅਤੇ ਇੱਥੇ ਉਹਦਾ ਵਿਧਵਾ ਦਾ ਦੂਸਰਾ ਪੱਖ ਜਿਹੜਾ
ਉਹਦਾ ਜ਼ਿਕਰ ਆ ਗਿਆ ਕਹਿਣ ਲੱਗੀ ਜਿਹੜਾ ਭੇਖ ਨਾਲ ਭਰਮਾਂ ਵਿੱਚ ਪਾ ਕੇ ਲੋਕਾਂ ਨੂੰ ਚੰਗਾ ਚੰਗਾ ਸੱਚ ਦਾ ਉਪਦੇਸ਼ ਦੇਣ ਵਾਲਾ ਬਣ ਕੇ ਬੈਠ ਕੇ ਸੱਚ ਤੇ ਝੂਠ ਦੀ ਪਛਾਣ ਖਤਮ ਕਰਦਾ ਐਸਾ ਮਨੁੱਖ ਜਿਹੜਾ ਹੈ ਉਹਦੇ ਪੈਦਾ ਹੋਣ ਕਰਨ ਵਾਲੀ ਮਾਂ ਜਿਹੜੀ ਵਿਧਵਾ ਹੋ ਜਾਏ ਤਾਂ ਚੰਗੀ ਹੈ ਕਿਉਂਕਿ ਸਿਰ ਮੁੰਨਣ ਦਾ ਮਤਲਬ ਵਿਧਵਾ ਦੀ ਨਿਸ਼ਾਨੀ ਹੈ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ ਚਾਹੀਦਾ ਤਾਂ ਇਹ ਸੀ ਨਾ ਵੀ ਗੁਰੂ ਭਰਮ ਦੂਰ ਕਰਦਾ ਉਹਦੇ ਉਪਦੇਸ਼ ਕਰ ਕਰਕੇ ਆਪ ਭਰਮਾਂ ਵਿੱਚ ਪਾ ਰਿਹਾ ਮਕਾਂਡੀ ਬਣਾ ਲਿਆ ਆਪ ਡੁੱਬੇ ਚੌਬੇ ਦਮੇ ਚੇਲੇ ਦੀ ਇਹ ਬਹਾਏ ਆਪ ਵੀ ਗੱਲੀ ਬਾਤੀ ਸਤੂ ਦੇ ਬਣਦਾ ਵੱਖ ਵਿਖੀ ਦੇ ਬਹੁਤ ਸਾਰੇ ਸ਼ਬਦ ਇਸ ਥਾਂ ਤੇ ਇੱਥੋਂ ਤੱਕ ਲਫਜ਼ ਕਹਿੰਦੇ ਨੇ ਕਿ ਬਹੁਤੀਆਂ ਗੱਲਾਂ ਕਰਨ ਵਾਲਾ ਸੰਸਾਰ ਨੂੰ ਭਰਮਾਂ ਵਿੱਚ ਪਾਉਣ ਵਾਲਾ ਉਹ ਮੈਨੂੰ ਨਹੀਂ ਚਾਹੀਦਾ ਇੱਥੇ ਵੀ ਕਹਿਣ ਲੱਗੇ ਜਿਹੜਾ ਸੰਸਾਰ ਨੂੰ ਭਰਮਾਂ ਵਿੱਚ ਪਾਵੇ ਆਪਣੇ ਉਪਦੇਸ਼ ਨਾਲ ਇਹੋ ਜਿਹੇ ਗੁਰੂ ਬਣ ਬੈਠਣ ਵਾਲੇ ਪ੍ਰੇਖਧਾਰੀ ਮਨੁੱਖ ਜਿਹੜਾ ਉਹਦੇ ਪੈਦਾ ਹੋਣ ਤੋਂ ਪਹਿਲਾਂ ਮਾਂ ਵਿਧਵਾ ਕਿਉਂ ਨਾ ਹੋਵੇ ਜ਼ਿਆਦਾ ਤੋਂ ਜ਼ਿਆਦਾ ਸੀ ਨਾ ਹੁੰਦਾ ਸਿਰ ਮੁੰਡ ਦਿੱਤਾ ਜਾਂਦਾ ਕਹਿਣ ਲੱਗੇ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ ਆਪ ਡੁੱਬੇ ਚੌਬੇਦ ਮੈਂ ਚੇਲੇ ਦੀ ਇਹ ਬਹਾਏ ਕਿਤਾਬੀ ਕੀੜਾ ਕਿਤਾਬਾਂ ਦੀਆਂ ਗੱਲਾਂ ਨਾਲ ਲੋਕਾਂ ਨੂੰ ਰਿਝਾ ਆ ਦੇਖ ਲਓ ਫਲਾਣੇ ਸ਼ਾਸਤਰ ਚਾਹ ਲਿਖੇ ਫਲਾਣੇ ਵੇਦ ਵਿੱਚ ਸ਼ਾਸਤਰਾਂ ਦੀ ਪੂਜਾ ਕਰਾ ਕਰਾ ਲੋਕਾਂ ਨੂੰ ਬਜਾਏ ਸੱਚ ਸਮਝਾਉਣ ਦੇ ਸੱਚ ਦੇ ਥਾਂ ਭਰਮ ਵਿੱਚ ਪਾ ਕੇ ਝੂਠ ਨੂੰ ਸੱਚ ਬਣਾ ਕੇ ਰੱਖ ਦਿੱਤਾ ਹੁਣ ਅਗਲੀ ਲਾਈਨ ਬਣ ਜਾਓ ਆਪ ਡੁੱਬੇ ਚੌਬੇਦ ਮੈਂ ਚੇਲੇ ਦੀ ਇਹ ਬਹਾਏ ਹੁਣ ਅਗਲੀ ਲਾਈਨ ਅੰਦਰ ਹੋਰ ਸਪਸ਼ਟ ਕੀਤਾ ਕਹਿਣ ਲੱਗੇ ਇਹ ਹੈ ਤਾਂ ਪਾਪ ਭਰਮ ਪੈਦਾ ਕਰਨਾ ਪਾਪ ਹੈ ਲੋਕਾਂ ਨੂੰ ਗੁੰਮਰਾਹ ਕਰਨਾ ਭੁਲੇਖੇ ਵਿੱਚ ਪਾਉਣਾ ਕੁੜਾਏ ਪਾਉਣਾ ਪਾਪ ਹੈ ਪਰ ਇਹਨੇ ਆਪਣੇ ਭੇਖ ਥੱਲੇ ਦਬਾ ਕੇ ਰੱਖਿਆ ਹੋਇਆ ਹੈ ਪਾਪ ਲੋਕ ਇਸਦਾ ਪਾਪ ਸਮਝ ਨਹੀਂ ਰਹੇ ਸੰਸਾਰ ਦੇ ਲੋਕਾਂ ਦਾ ਜੀਵਨ ਬਰਬਾਦ ਹੋ ਰਿਹਾ ਇਹਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਜਿੰਨੇ ਭੇਖਧਾਰੀ ਸੰਸਾਰ ਦੇ ਲੋਕ ਨੇ ਉਹਨਾਂ ਦੇ ਉਪਦੇਸ਼ ਨੂੰ ਸੁਣ ਸੁਣ ਕੇ ਤਾਂ ਲੋਕ ਪਾਸੇ ਚੱਲੇ ਕਰਮ ਕਾਂਡ ਕਿੱਥੋਂ ਸ਼ੁਰੂ ਹੋਇਆ ਮੈਂ ਪਰਸ ਕੀਤੀ ਸੀ ਤਿੰਨ ਚੀਜ਼ਾਂ ਨੇ ਜਿਹੜਾ ਗੁਰੂ ਨਾਲ ਸੰਬੰਧਿਤ ਸੰਬੰਧ ਰੱਖਦੀਆਂ ਉਹ ਹੈ ਧਰਮ ਕਰਮ ਤੇ ਭਰਮ ਤਿੰਨਾਂ ਦਾ ਆਪਸੀ ਰਿਸ਼ਤਾ ਹੈ ਇੱਕ ਹੈ ਧਰਮ ਇੱਕ ਹੈ ਕਰਮ ਇੱਕ ਹੈ ਭਰਮ ਕਰਮ ਦਰਮਿਆਨ ਵਿੱਚ ਖਲੋਤਾ ਕਿਉਂਕਿ ਕਰਮ ਨੇ ਹੀ ਭਰਮ ਬਣਨਾ ਹੈ ਕਰਮ ਨੇ ਹੀ ਧਰਮ ਬਣਨਾ ਹੈ ਕਿਉਂਕਿ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਕਰਮ ਧਰਤੀ ਹੈ ਮਨੁੱਖ ਕਰਮ ਕਰਨ ਲਈ ਆਇਆ ਹੈ ਜੀਵਨ ਜਿਹੜਾ ਹੈ ਉਹ ਕਰਮ ਧਰਤੀ ਹੈ ਮਨੁੱਖ ਜਿਹੜਾ ਵੀ ਆਇਆ ਉਹਨੇ ਕੋਈ ਕਰਮ ਕਰਨਾ ਹੈ ਇਹ ਗੱਲ ਵੱਖਰੀ ਹੈ ਗੁਰੂ ਆਖ ਰਿਹਾ ਨੇ ਸੋ ਕਿਛ ਕਰ ਜਿਤ ਮੈਲ ਨਾ ਲੈ ਗੁਰੂ ਨੇ ਸਮਝਾਉਣਾ ਸੀ ਵੀ ਆਹ ਕਰ ਆ ਨਾ ਕਰ ਇਸੇ ਲਈ ਜਦੋਂ ਧਰਮ ਦੀ ਪਰਿਭਾਸ਼ਾ ਪੁੱਛੀ ਨਾ ਗੁਰੂ ਕੋਲੋਂ ਤੇ ਗੁਰੂ ਨੇ ਦੋ ਹਰਫੀ ਫੈਸਲਾ ਦਿੱਤਾ ਕਹਿਣ ਲੱਗੇ ਸਰਵ ਧਰਮ ਹੈ ਸ੍ਰੇਸ਼ਟ ਧਰਮ ਕੀ ਕਿਵੇਂ ਬਣਦਾ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਜਿੰਨੀ ਦੇਰ ਕਰਮ ਨਿਰਮਲ ਨਾ ਹੋਣਗੇ ਓਨੀ ਦੇਰ ਧਰਮ ਨਹੀਂ ਬਣਦਾ ਕਿਉਂਕਿ ਮੇਰਾ ਨਾਮ ਜਪ ਨੇ ਉਹ ਤਾਂ ਸੰਬੰਧ ਤੇ ਹਿਰਦੇ ਨਾਲ ਸੰਬੰਧ ਰੱਖਦਾ ਤੈਨੂੰ ਜੀਵਨ ਮਿਲਿਆ ਸਰੀਰ ਕਰਕੇ ਤੇ ਸਰੀਰ ਕਰਕੇ ਜੇ ਤੇਰੇ ਕਰਮ ਨਿਰਮਲ ਨਹੀਂ ਹੋਏ ਤਾਂ ਧਰਮੀ ਨਹੀਂ ਹੋ ਸਕਦਾ ਇਸ ਲਈ ਕਹਿਣ ਲੱਗੇ ਹਰ ਕੋ ਨਾਮ ਜਪ ਨਿਰਮਲ ਕਰਮ ਜਦੋਂ ਕਰਮ ਨਿਰਮਲ ਹੋਣਗੇ ਤਾਂ ਤੂੰ ਧਰਮ ਬਣੇਗਾ ਤੇ ਜਦੋਂ ਕਰਮ ਨਿਰਮਲ ਦੀ ਥਾਂ ਕਰਮ ਨੀਚ ਹੋ ਜਾਣਗੇ ਨੀਚ ਹੋ ਜਾਣਗੇ ਫਿਰ ਕੀ ਬਣੇਗਾ ਭਰਮ
ਕਿਉਂਕਿ ਭਰਮ ਦਾ ਮਤਲਬ ਹੈ ਨੀਵੇਂ ਕਰਮਾਂ ਨੂੰ ਛੁਪਾ ਕੇ ਰੱਖਣਾ ਆਪਣੇ ਵਿੱਚ ਪਾਪ ਨੂੰ ਪਾਪ ਨੂੰ ਛੁਪਾ ਕੇ ਰੱਖਣਾ ਭਰਮ ਹੈ ਤਾਂ ਕਿ ਕਿਸੇ ਤੋਂ ਜਦੋਂ ਮਨੁੱਖ ਨੀਵੇਂ ਕਰਮ ਕਰੇਗਾ ਨਾ ਉਦੋਂ ਹੀ ਉਹਨੂੰ ਪੜਦੇ ਦੀ ਲੋੜ ਹੈ ਉੱਚੇ ਕਰਮ ਕਰਨ ਵਾਲੇ ਨੂੰ ਪੜਦੇ ਦੀ ਲੋੜ ਨਹੀਂ ਨੀਵੇਂ ਕਰਮ ਕਰਨ ਵਾਲੇ ਨੂੰ ਪੜਦੇ ਦੀ ਲੋੜ ਹੈ ਤੇ ਕਰਮ ਦਰਮਿਆਨ ਵਿੱਚ ਖਲੋਤਾ ਹੈ ਜਦੋਂ ਨੀਵੇਂ ਪਾਸੇ ਉਤਰਦਾ ਹੈ ਤਾਂ ਉਹ ਫਿਰ ਭਰਮ ਬਣਦਾ ਹੈ ਜਿਹਨੂੰ ਅਸੀਂ ਦੂਜੇ ਲਫ਼ਜ਼ਾਂ 'ਚ ਕਰਮ ਕਾਂਡ ਆਖਦੇ ਹਾਂ ਜਦੋਂ ਉੱਪਰਲੀ ਪੌੜੀ ਚੜ੍ਹਦਾ ਹੈ ਤਾਂ ਫਿਰ ਉਹ ਧਰਮ ਬਣਦਾ ਕਰਮ ਦਰਮਿਆਨ ਵਿੱਚ ਹੁੰਦਾ ਹੁਣ ਗੁਰੂ ਦਾ ਕੰਮ ਕੀ ਹੈ ਉਹ ਕਰਮ ਨੂੰ ਸੁਧਾਰਦਾ ਹੈ ਧਰਮ ਕਰਾਏ ਕਰਮ ਤੁਰੋਂ ਫੁਰਮਾਇਆ ਗੁਰੂ ਦਾ ਜਿਹੜਾ ਸਾਡਾ ਸੰਬੰਧ ਹੈ ਗੁਰੂ ਨਾਲ ਉਹ ਕੀ ਸਾਨੂੰ ਕਰਮ ਕਰਨੇ ਸਿਖਾਉਂਦਾ ਹੈ ਕਿਉਂ ਕਹਿ ਰਿਹਾ ਕਿ ਨੇਤਰੋ ਮੇਰੇ ਹੋ ਹਰ ਤੋਂ ਮਜ਼ਬੂਤ ਰੱਖੀ ਹਰ ਬਿਨਾ ਹੋਰ ਨਾ ਦੇਖੋ ਕੋਈ ਹਰ ਬਿਨਾ ਹੋਰ ਨਾ ਦੇਖੋ ਕੋਈ ਨਦਰੀ ਹਰਨੇ ਆ ਰਿਹਾ ਇਹ ਵਿਸ ਸੰਸਾਰ ਤੁਮ ਜੋ ਦੇਖਦੇ ਹੋ ਆਕਾ ਰੂਪ ਦਾ ਰੂਪ ਨਦਰੀ ਆ ਸਮਝਾ ਰਿਹਾ ਕਿ ਸਰਵ ਨੂੰ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਇਆ ਸਾਚੇ ਸੁਣਨੇ ਨੂੰ ਪਠਾਇਆ ਸਰੀਰ ਲਾਏ ਸੁਣੋ ਸੱਚ ਬਾਣੀ ਇਹ ਸਰੀਰ ਆ ਮੇਰੇ ਆ ਇਸ ਜਗ ਮੇ ਆਏ ਕਿ ਕਿਆ ਤੁਧ ਕਰਮ ਕੋ ਆਇਆ ਕਿ ਕਰਮ ਕਰਮ ਆਇਆ ਤੁਧ ਸਰੀਰ ਆ ਜਾ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਤਨ ਰਚਿਆ ਸੋ ਰਮਨਮ ਕਰਮ ਹੀ ਤਾਂ ਸੁਧਾਰ ਰਿਹਾ ਗੁਰੂ ਦਾ ਕੰਮ ਹੈ ਮਨੁੱਖ ਦੇ ਕਰਮ ਨੂੰ ਸੁਧਾਰਨਾ ਤੇ ਜਦੋਂ ਕਰਮ ਉੱਤੇ ਉੱਤਮ ਹੋ ਜਾਣਗੇ ਉਹਨੂੰ ਪੜਦੇ ਦੀ ਲੋੜ ਨਹੀਂ ਪਾਪ ਕਰਨ ਵਾਲੇ ਨੂੰ ਪੜਦੇ ਦੀ ਲੋੜ ਤੇ ਜਦੋਂ ਕਰਮ ਨੀਵੇਂ ਪਾਸੇ ਜਾਣਗੇ ਉਦੋਂ ਪੜਦੇ ਕਰੇਗਾ ਤੇ ਉਸ ਪੜਦੇ ਦਾ ਨਾਮ ਭਰਮ ਹੋਵੇਗਾ ਹੁਣ ਗੁਰੂ ਨੇ ਅਗਲੀ ਲਾਈਨ ਵਿੱਚ ਇਹ ਗੱਲ ਸਾਫ਼ ਕਹਿ ਦਿੱਤੀ ਕਹਿਣ ਲੱਗੇ ਗੁਰੂ ਨੂੰ ਮੈਂ ਇਸ ਲਈ ਸਜ਼ਾ ਕਹਿ ਰਿਹਾ ਮਾਏ ਮੁੰਡੋ ਤਿਸ ਗੁਰੂ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ ਕਹਿਣ ਲੱਗੇ ਮੈਨੂੰ ਗੁਰੂ ਨੂੰ ਇਹ ਸਜ਼ਾ ਦਾ ਮਤਲਬ ਸਿਰਫ ਇਸ ਲਈ ਕਿਉਂਕਿ ਉਹਨੇ ਭਰਮ ਕੱਢਣਾ ਸੀ ਮਨੁੱਖ ਨੂੰ ਧਰਮੀ ਬਣਾਉਣਾ ਸੀ ਉਹਨੂੰ ਕਰਮ ਕਰਨੇ ਸਿਖਾਉਣੇ ਸਨ ਵੀ ਕਿਹੜੇ ਕਰਮ ਕਰ ਕਿਹੜੇ ਛੱਡ ਦੇ ਗੁਰੂ ਨੇ ਬਾਣੀ ਵਿਚਾਰ ਦਿੱਤਾ ਕਹਿ ਰਿਹਾ ਜਿੰਨੀ ਕਮੀ ਨਾ ਹੀ ਗੁਣ ਤੇ ਕਮੜੇ ਵਿਸਾਰ ਛੱਡ ਦੇ ਉਹ ਕੰਮ ਕਰਮ ਬਦਲਣਾ ਕਰਮਾਂ ਨੂੰ ਬਦਲਣਾ ਹੀ ਗੁਰੂ ਦਾ ਕੰਮ ਹੈ ਉਹਨੂੰ ਕਰਮ ਨੂੰ ਚੁੱਕ ਕੇ ਉਚਾਈ ਵਾਲੇ ਪਾਸੇ ਉੱਤਮ ਮਤ ਵਾਲੇ ਪਾਸੇ ਲੈ ਕੇ ਜਾਂਦਾ ਤੇ ਉਦੋਂ ਫਿਰ ਉਹ ਕਰਮ ਜਿਹੜਾ ਧਰਮ ਬਣ ਜਾਂਦਾ ਜਦੋਂ ਉਹ ਗੁਰੂ ਭੁਲੇਖੇ ਵਿੱਚ ਪਾ ਕੇ ਭਰਮ ਵਿੱਚ ਪਾ ਕੇ ਨੀਵੇਂ ਪਾਸੇ ਲਿਜਾਂਦਾ ਤਾਂ ਉਹ ਫਿਰ ਭਰਮ ਬਣ ਜਾਂਦਾ ਤੇ ਬਾਬਾ ਕਬੀਰ ਇਹੋ ਗੱਲ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ ਮੈਂ ਮਾਇਰ ਮੂਨ ਤੁਸੀਂ ਗੁਰੂ ਕੀ ਇਸ ਲਈ ਆਖਿਆ ਕਿਉਂਕਿ ਵੇਖਦਾ ਕੀ ਆ ਕਿ ਜੇਤੇ ਪਾਪ ਕੀ ਰਾਖੀ ਤਲੇ ਦੁਆਏ ਜਿੰਨੇ ਪਾਪ ਜਿੰਨੇ ਭਰਮ ਭੁਲੇਖੇ ਪੈਦਾ ਕੀਤੇ ਗਏ ਨੇ ਉਹਨਾਂ ਨੂੰ ਆਪਣੇ ਭੇਖ ਦੇ ਥੱਲੇ ਛੁਪਾ ਕੇ ਰੱਖ ਲਿਆ ਗਿਆ ਪਰ ਬਾਬਾ ਕਬੀਰ ਕਹਿੰਦੇ ਨੇ ਉਹ ਭਲਿਆ ਭੇਖ ਦਿਖਾਏ ਸੰਸਾਰ ਨੂੰ ਭੇਖ ਦਿਖਾ ਕੇ ਦੁਨੀਆ ਨੂੰ ਭੁਲੇਖੇ ਵਿੱਚ ਪਾ ਕੇ ਸੰਸਾਰ ਨੂੰ ਲੁੱਟਣ ਵਾਲੇ ਮਨੁੱਖ ਕਦੀ ਤੂੰ ਇਹ ਸੋਚਿਆ ਤੂੰ ਇਸ ਭੇਖ ਦੇ ਥੱਲੇ ਛੁਪਾ ਕੇ ਕਿੰਨੀ ਕੁ ਦੇਰ ਪਾਪ ਰੱਖੇਗਾ ਕਿੰਨੀ ਕੁ ਦੇਰ ਰੱਖੇਗਾ ਕਹਿਣ ਲੱਗੇ ਪ੍ਰਗਟ ਭਏ ਨਿਦਾਨ ਸਭ ਉਹ ਭੋਲਿਆ ਇਹ ਸਾਰੇ ਪ੍ਰਗਟ ਹੋ ਜਾਣਗੇ ਜਦੋਂ ਧਰਮ ਰੂਪ ਸੱਚ ਦੇ ਸਾਹਮਣੇ ਕੂੜ ਜਾਏਗਾ ਕੂੜ ਸੱਚ ਦੇ ਸਾਹਮਣੇ ਖੜਾ ਨਹੀਂ ਹੋ ਸਕੇਗਾ ਗੁਰੂ ਨੇ ਇਸ ਲਈ ਆਖਦੇ ਕੂੜ ਨਿਖੁੱਟੇ ਨਾਨਕਾ ਸੱਚ ਨਹੀਂ ਕਹਿਣ ਲੱਗੇ ਤੇਰਾ ਜਿਹੜਾ ਕੂੜ ਦਾ ਜੀਵਨ ਬਣ ਚੁੱਕਾ ਹੈ ਉਸ ਭੇਖ ਦੇ ਪੜਦੇ ਉਹਲੇ ਆਪਣੇ ਪਾਪ ਛੁਪਾ ਕੇ ਉਹ ਛੁਪ ਨਹੀਂ ਸਕਣ ਕਿ ਜਿਸ ਦਿਨ ਸੱਚ ਰੂਪੀ ਧਰਮ ਦੇ ਸਾਹਮਣੇ ਜਾਏਗਾ ਉਹ ਤੇਰੇ ਸਾਰੇ ਭੇਖ ਉਤਰ ਜਾਣਗੇ ਤੇਰੀ ਸੱਚਾਈ ਬਾਹਰ ਆ ਜਾਏਗੀ ਫਿਰ ਦੱਸ ਕੀ ਕਰੇਗਾ ਹੁਣ ਤਾਂ ਤੂੰ ਦੁਨੀਆ ਨੂੰ ਭੇਖ ਦੇ ਮਗਰ ਲਾ ਕੇ ਆਪਣੇ ਕੋਲ ਆਪਣੇ ਮਗਰ ਲਾਇਆ ਪਰ ਕਦੋਂ ਤੱਕ ਲਾ ਰੱਖੇਗਾ ਇਸ ਲਈ ਅਗਲੇ ਸਲੋਕ ਨੇ ਬੜਾ ਸਪਸ਼ਟ ਕਰ ਦਿੱਤਾ ਕਹਿਣ ਲੱਗੇ ਕਬੀਰ ਜੇ ਤੇ ਪਾਪ ਕੀਏ ਰੱਖ
चोर नाले चतर मनुख पाप करदा ते पापा नू अपने पेख अपनी गल्लां विच छुपा के रखदा है, दूजे नू उपदेश करदा है। पिछले दिन विच बाबा कबीर जी दा ही एक श्लोक आ चुका है जिहदे विच बड़े स्पष्ट लफज ने अवरण को उपदेश दे, जिहड़ा लोगां नू उपदेश करदा है ते झूठा उपदेश भरम पैदा करन वाला उपदेश करता है। उत्थे लफज की ने मुख में पर है रेत, उस समझ लो उनके मुँह विच रेत होंगे। रेत क्यों आखी? क्योंकि रेत विच कुछ भी पैदा नहीं होंदा, ना उनका मकान बनता ढह जाता है, ना उनके विच खेत बीज पाओ उगदा कुछ, ना रोजी बनती ना राज किसे काम नहीं होंगी। रेत जे इकली रेत हो इकली रेत हो किसी कम नहीं होती। गुरु कहते हैं जेड़ा लोगों को उपदेश करता है तो अपने जीवन को ढकता नहीं, वो तो मानो समझ लो उनके मुँह च रेत है जिथों कुछ भी नहीं पैदा होना। उनका उपदेश भी एक रेत है जिथों तेनों कुछ नहीं मिलना। तो गुरु अज बाबा कबीर जी उस गल नूं फिर दोहरा रहे हैं तो कहते हैं मैं देखता की हाँ जेड़े लोग अपने किसी भेख दे थले छुपा के संसार अंदर परम पैदा कर रहे ने कि मेरी इस मुट्ठी विच की है इहदे च की, पता ही किसी को नहीं। लोग परम विच पए हुए ने, सो इस संसार जिहड़ा उन्हां लोगों के परम के अधीन चल रहा है। गुरु बख्शिश करे, गुरु परम कढ़दा है। गुरु ने बाणी विच इसे भी कह दिता स्पष्ट करके कि दुनिया के लोगो एक गल समझ लो, माधवे क्या कही है परम ऐसा ते निशानी कीजे कि जैसा मानिए होए ना तैसा। जिदा समझोगे ना वो जा नहीं किसी दे पेख ते एवें ना रीझ जाए वो बड़ा ब्रह्म ज्ञानी है। ये ब्रह्म ज्ञानी जिदा समझ रहे हो नहीं, जैसा मानिए होए ना तैसा। सुचेत करना गुरु नानक दा, श्री गुरु ग्रंथ साहिब दा, बाबा कबीर जी दा, महापुरुषों का यो एक कर्तव्य है संसार में सुचेत करके परमां दे अंधेरे विचों कढ़ना। सो गुरु बख्शिश करे असी श्री गुरु ग्रंथ साहिब नाल जुड़न वाले स्थान ते इकट्ठे होने एक तहैया फैसला करया करो कि गुरु सानू परमां तो कढ़ रहे है, असी परमां विच ना पईए। साढ़े तो कोई परम गलबण ना पावे, सानू कोई गुरु के नाते बाणी के नाते रहत के नाते जीवन के नाते परम विच पा के अपने पिछे ना लग सके। असी ओ ही करना है, ओ कुछ करना है,
ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਆਖੇਗਾ ਸਾਡੇ ਜੀਵਨ ਦਾ ਆਦਰਸ਼ ਇਹ ਹੈ। ਇਹਨਾਂ ਸ਼ਬਦਾਂ ਨਾਲ ਖਿਬਾਂਦਾ ਜਾ ਚੁੱਕਾ ਅੱਜ ਦੇ ਅਤੇ ਸਵੇਰ ਦੇ ਸਮਾਗਮ ਤੋਂ ਬਾਅਦ ਕੱਲ੍ਹ ਸਵੇਰੇ ਕਰਾਂਗੇ, ਉਸ ਤੋਂ ਬਾਅਦ ਕੁਛ ਸਮੇਂ ਲਈ ਜਿੰਨੀ ਦੇਰ ਜੋ ਜਿਸ ਤਰ੍ਹਾਂ ਵੀ ਸਤਿਗੁਰੂ ਚਾਹੇ ਉਸ ਤਰ੍ਹਾਂ ਆਪ ਕੋਲੋਂ ਇਜਾਜ਼ਤ ਮੰਗਾਂਗਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।